So, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਸ ਤੇ ਵੈਲਕਮ ਬੈਕ ਟੂ ਸਾਰਕਾਸਟਿਕ ਡੂਡਸ ਤੇ ਗਾਇਸ ਅੱਜ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਜਿਹੜੀ ਵੀਡੀਓ ਹੈਗੀ ਹੈ ਬਾਹਰ ਕਿਉਂ ਬਣਾ ਰਿਹਾ ਤਾਂ ਗਾਇਸ ਤੁਹਾਨੂੰ ਮੈਂ ਦੱਸ ਦਵਾਂ ਕਿ ਅੱਜ ਬ੍ਰੈਂਪਟਨ ਅਤੇ ਮਿਸੀਸਾਗਾ ਦਾ ਜਿਹੜਾ ਮੌਸਮ ਹੈ ਵੈਦਰ ਹੈ ਗਾਇਸ ਇੰਨਾ ਘੈਂਟ ਹੋਇਆ ਪਿਆ ਬਹੁਤ ਜ਼ਿਆਦਾ ਵਧੀਆ ਮੌਸਮ ਹੈ ਅੱਜ ਅਤੇ ਮੈਂ ਥੋੜ੍ਹੇ ਜਿਹੇ ਸ਼ਾਰਟਸ ਜਿਹੜੇ ਹੈਗੇ ਆ ਉਹ ਵੀ ਡੈਫੀਨੇਟਲੀ ਐਡ ਕਰੂੰਗਾ ਕਿ ਤੁਸੀਂ ਵੀ ਜਿਹੜਾ ਹੈਗਾ ਆ ਮੌਸਮ ਦੇਖ ਸਕੋ ਠੀਕ ਹੈ ਅਤੇ ਟਾਈਮ ਨਾ ਜ਼ਿਆਦਾ ਵੇਸਟ ਕਰਦੇ ਹੋਏ ਗਾਇਸ ਅਤੇ ਅੱਜ ਆਪਾਂ ਟੋਪਿਕ ਦੇ ਉੱਤੇ ਆਉਂਦੇ ਹਾਂ ਅਤੇ ਅੱਜ ਦਾ ਗਾਇਸ ਜਿਹੜਾ ਟੋਪਿਕ ਹੈਗਾ ਉਹ ਹੈਗਾ ਗਾਇਸ OHIP ਓਨਟੈਰੀਓ ਹੈਲਥ ਇੰਸ਼ੋਰੈਂਸ ਪਲੈਨ ਠੀਕ ਹੈ ਹੈਲਥ ਕਾਰਡ ਜਿਹਨੂੰ ਆਪਾਂ ਈਜ਼ੀਲੀ ਕਹਿੰਦੇ ਹਾਂ ਠੀਕ ਹੈ ਆਪਾਂ ਅੱਜ ਦੇਖਾਂਗੇ ਗਾਇਸ ਕਿ ਹੈਲਥ ਕਾਰਡ ਜਿਹੜਾ ਹੈਗਾ ਆ ਉਹਦਾ ਬੈਨੀਫਿਟਸ ਕੀ ਹੈਗੇ ਨੇ ਉਹਨੂੰ ਅਪਲਾਈ ਕਿਵੇਂ ਕੀਤਾ ਜਾ ਸਕਦਾ ਉਹਦੇ ਡਾਕੂਮੈਂਟਸ ਕਿਹੜੇ ਕਿਹੜੇ ਨੇ ਜਿਹੜੇ ਸਾਨੂੰ ਚਾਹੀਦੇ ਨੇ ਕੌਣ ਕੌਣ ਐਲੀਜੀਬਲ ਹੁੰਦਾ ਅਤੇ ਕਿਹੜੇ ਫੋਰਮ ਜਿਹੜੇ ਹੈਗੇ ਆ ਆਪਾਂ ਨੂੰ ਫਿਲ ਕਰਨੇ ਪੈਂਦੇ ਨੇ ਇਸ ਚੀਜ਼ ਨੂੰ ਅਪਲਾਈ ਕਰਨ ਲਈ ਅਤੇ ਕਿੱਥੇ ਅਪਲਾਈ ਕਰਨਾ ਠੀਕ ਹੈ ਵਨ ਬਾਏ ਵਨ ਆਪਾਂ ਈਜ਼ੀ ਵੇ ਦੇ ਨਾਲ ਦੁਬਾਰਾ ਜਿੱਦਾਂ ਆਪਾਂ ਲਾਸਟ ਵੀਡੀਓ ਜਿੱਦਾਂ ਜਿੰਨੀਆਂ ਵੀ ਵੀਡੀਓਜ਼ ਕੀਤੀਆਂ ਨੇ ਉਸੇ ਤਰੀਕੇ ਨਾਲ ਇਹ ਵੀ ਵੀਡੀਓ ਜਿਹੜੀ ਹੈਗੀ ਆ ਸਿੰਪਲੀ ਆਪਾਂ ਬਣਾਵਾਂਗੇ ਆਰਾਮ ਦੇ ਨਾਲ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੇ ਠੀਕ ਹੈ ਵਨ ਬਾਏ ਵਨ ਆਪਾਂ ਸਾਰਿਆਂ ਨੂੰ ਜਿਹੜਾ ਹੈਗਾ ਆ ਟਾਰਗੇਟ ਕਰਦੇ ਹਾਂ ਠੀਕ ਹੈ ਨਾ ਜ਼ਿਆਦਾ ਟਾਈਮ ਵੇਸਟ ਕਰਦੇ ਹੋਏ ਗਾਈਸ ਲੈਟ ਗੈਟ ਸਟਾਰਟ ਜੋ ਠੀਕ ਹੈ ਗਾਈਸ ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਕਿ ਬੈਨੀਫਿਟਸ ਕੀ ਨੇ ਓਨਟੈਰੀਓ ਹੈਲਥ ਇੰਸ਼ੋਰੈਂਸ ਪਲੈਨ ਦੇ ਤਾਂ ਸਭ ਤੋਂ ਪਹਿਲਾਂ ਗਾਈਸ ਫਾਇਦਾ ਇਹ ਹੈਗਾ ਕਿ ਜਿਹੜੇ ਲੋਕ ਇੱਥੇ ਰਹਿ ਰਹੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਕਿਸੇ ਡਾਕਟਰ ਨੂੰ ਵਿਜ਼ਿਟ ਕਰਦੇ ਹਾਂ ਕਿਸੇ ਕਲੀਨਿਕ ਦੇ ਵਿੱਚ ਵਾਕਿੰਗ ਕਲੀਨਿਕ 'ਚ ਜਾਂਦੇ ਹਾਂ ਸਾਨੂੰ ਡਾਕਟਰ ਵਿਜ਼ਿਟ ਕਰਨ ਦੇ $100 ਮਿਨੀਮਮ ਜਿਹੜੇ ਹੈਗੇ ਆ ਉਹ ਪੇ ਕਰਨੇ ਪੈਂਦੇ ਨੇ ਐਜ਼ ਅ ਫੀਸ ਬਟ ਅਗਰ ਤੁਸੀਂ ਹੈਲਥ ਕਾਰਡ ਜਿਹੜਾ ਹੈ ਹੋਲਡਰ ਹੈਗੇ ਉਹ ਤੁਹਾਡੇ ਕੋਲ ਹੈਲਥ ਕਾਰਡ ਹੈਗਾ ਆ ਤੁਹਾਨੂੰ ਕੋਈ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਜੀ ਉਹ ਤੋਂ ਇਲਾਵਾ ਗਾਇਸ ਕੀ ਹੁੰਦਾ ਕਿ ਜਦੋਂ ਆਪਾਂ ਵੀ ਕਦੀ ਵੀ ਹੋਸਪਿਟਲ ਵਿਜ਼ਿਟ ਕਰਦੇ ਹਾਂ ਸਾਨੂੰ ਮਿਨੀਮਮ ਤੁਹਾਨੂੰ ਮੈਂ ਦੱਸਦਾ ਮੈਕਸੀਮਮ ਨਹੀਂ 500 ਤੋਂ 1000 ਜਿਹੜਾ ਹੈਗਾ ਆ ਤੁਹਾਨੂੰ ਪੇ ਕਰਨਾ ਪੈਂਦਾ ਵਿਜ਼ਿਟ ਦੇ ਲਈ ਤਾਂ ਟਾਈਮ ਜਿਹੜਾ ਵੇਸਟ ਹੁੰਦਾ ਤੁਹਾਡਾ ਅਲੱਗ ਠੀਕ ਹੈ ਬਟ ਜੇ ਤੁਹਾਡੇ ਕੋਲ ਹੈਲਥ ਕਾਰਡ ਹੈਗਾ ਆ ਤੁਹਾਨੂੰ ਕੋਈ ਫੀਸ ਪੇ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਅਤੇ ਕੋਈ ਵੀ ਡਾਕਟਰ ਨੂੰ ਫੀਸ ਪੇ ਕਰਨ ਦੀ ਲੋੜ ਨਹੀਂ ਹੈਗੀ ਉਹ ਤੋਂ ਇਲਾਵਾ ਗਾਇਸ ਐਂਬੂਲੈਂਸ ਸਰਵਿਸਿਜ਼ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਫ੍ਰੀ ਹੋ ਜਾਂਦੀਆਂ ਨੇ ਜਾਂ ਫਿਰ ਬਹੁਤ ਹੀ ਨੋਮੀਨਲ ਚਾਰਜ ਜਿਹੜਾ ਹੁੰਦਾ ਆ ਉਹ ਤੁਹਾਨੂੰ ਪੇ ਕਰਨਾ ਪੈਂਦਾ ਅਗਰ ਜੇ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈਗਾ ਤੁਹਾਨੂੰ ਇੱਕ ਵਾਰੀ ਕਾਲ ਕਰਨ 'ਤੇ ਤੁਹਾਨੂੰ $450 ਜਿਹੜਾ ਮੇਰੇ ਹਿਸਾਬ ਨਾਲ ਜਾਂ $500 ਜਿਹੜਾ ਹੈਗਾ ਉਹਨਾਂ ਦੀ ਫੀਸ ਹੁੰਦੀ ਹੈ ਪੈਰਾਮੈਡਿਕਸ ਵਾਲਿਆਂ ਦੀ ਬਟ ਤੁਹਾਡੇ ਕੋਲ ਅਗਰ ਹੈਗਾ ਹੈ ਹੈਲਥ ਕਾਰਡ ਤੁਹਾਨੂੰ ਕੋਈ ਫੀਸ ਪੇ ਕਰਨ ਦੀ ਲੋੜ ਨਹੀਂ ਪੈਗੀ ਅਦਰਵਾਈਜ਼ ਜੇ ਕਰਨੀ ਵੀ ਪੈਗੀ ਤਾਂ $45 ਹੁੰਦੀ ਹੈ ਉਹ ਪੇ ਕਰਨੀ ਪੈਗੀ ਡਿਫਰੈਂਸ ਦੇਖ ਰਹੇ ਤੁਸੀਂ ₹450 ਜਾਂ $45 ਕਿੰਨਾ ਡਿਫਰੈਂਸ ਹੈ ਰਾਈਟ ਅਤੇ ਉਹ ਤੋਂ ਇਲਾਵਾ ਜੇ ਗਾਈਸ ਮੈਂ ਗੱਲ ਕਰਾਂ ਹੈ ਨਾ ਕਿ ਕੀ ਫਾਇਦੇ ਹੈਗੇ ਨੇ ਕਈ ਹੱਦ ਤੱਕ ਤੁਹਾਡੀ ਸਰਜਰੀਜ਼ ਜਿਹੜੀਆਂ ਹੈਗੀਆਂ ਤੁਹਾਨੂੰ ਫ੍ਰੀ ਹੁੰਦੀਆਂ ਨੇ ਬਸ ਦੋ ਚੀਜ਼ਾਂ ਨੂੰ ਛੱਡ ਕੇ ਇੱਕ ਤੁਹਾਡਾ ਡੈਂਟਲ ਅਤੇ ਇੱਕ ਤੁਹਾਡੀ ਆਈਸ ਇਹ ਜਿਹੜੀਆਂ ਹੁੰਦੀਆਂ ਨੇ ਇਹ ਹੈਲਥ ਕਾਰਡ ਦੇ ਵਿੱਚ ਮਤਲਬ ਕਵਰੇਜ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਅਤੇ ਜੇ ਮੈਂ ਗੱਲ ਕਰਾਂ ਇਸ ਤੋਂ ਇਲਾਵਾ ਹੋਰ ਚੀਜ਼ਾਂ ਦੀ ਡਾਇਬਟੀਜ਼ ਹੋ ਗਈਆਂ ਜਾਂ ਇੱਦਾਂ ਦੀ ਜਿੰਨੀਆਂ ਵੀ ਪ੍ਰੋਬਲਮ ਛੋਟੀਆਂ ਛੋਟੀਆਂ ਪ੍ਰੋਬਲਮਸ ਹੁੰਦੀਆਂ ਨਾ ਗਾਈਜ਼ ਇਹ ਸਾਰੀਆਂ ਜਿਹੜੀਆਂ ਹੈਲਥ ਕਾਰਡ ਦੇ ਵਿੱਚ ਜਿਹੜੀਆਂ ਕਵਰ ਹੋ ਜਾਂਦੀਆਂ ਨੇ ਮੈਂ ਤੁਹਾਡੇ ਹੈਲਪ ਦੇ ਲਈ ਕੀ ਕਰੂੰਗਾ ਕਿ ਤੁਹਾਡੀ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਪਰ ਲਿੰਕ ਪਾ ਦੂੰਗਾ ਤੁਸੀਂ ਉਹਦਾ ਗੋ ਥਰੂ ਹੋ ਸਕਦੇ ਹੋ ਉੱਥੇ ਸਾਰਾ ਕੁਝ ਮੈਂਸ਼ਨ ਹੈਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਵਰ ਹੈਗੀਆਂ ਨੇ ਠੀਕ ਹੈ ਅਤੇ ਕਿਹੜੀਆਂ ਚੀਜ਼ਾਂ ਕਵਰ ਨਹੀਂ ਹੈਗੀਆਂ ਅਤੇ ਗਾਈਜ਼ ਹੁਣ ਆਪਾਂ ਗੱਲ ਕਰਦੇ ਹਾਂ ਕਿ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਨੇ ਓਕੇ ਸਭ ਤੋਂ ਪਹਿਲਾਂ ਡਾਕੂਮੈਂਟ ਗਾਈਜ਼ ਹੈਗਾ ਤੁਹਾਡਾ ਪਾਸਪੋਰਟ ਠੀਕ ਹੈ ਦੂਜੇ ਨੰਬਰ 'ਤੇ ਗਾਈਜ਼ ਤੁਹਾਨੂੰ ਚਾਹੀਦਾ ਤੁਹਾਡਾ ਵੈਲਿਡ ਵਰਕ ਪਰਮਿਟ ਠੀਕ ਹੈ ਤੀਜੇ ਨੰਬਰ 'ਤੇ ਗਾਈਜ਼ ਤੁਹਾਨੂੰ ਚਾਹੀਦਾ ਤੁਹਾਡਾ ਓਨਟਾਰੀਓ ਦਾ ਡਰਾਈਵਿੰਗ ਲਾਇਸੈਂਸ ਜਿਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਹ ਆਪਣੀ ਫੋਟੋ ਆਈਡੀ ਲੈ ਕੇ ਜਾ ਸਕਦਾ ਠੀਕ ਹੈ ਜਿਹਨੂੰ ਨਹੀਂ ਪਤਾ ਕਿੱਥੋਂ ਬਣੇਗੀ ਤੁਸੀਂ ਮੈਸੇਜ ਕਰ ਦਿਓ ਮੈਂ ਤੁਹਾਨੂੰ ਦੱਸ ਦਿੰਦਾ ਚੌਥੇ ਨੰਬਰ 'ਤੇ ਗਾਈਜ਼ ਤੁਹਾਨੂੰ ਚਾਹੀਦੀ ਤੁਹਾਡੀ ਬੈਂਕ ਕਾਰਡ ਬੈਂਕ ਦੀ ਸਟੇਟਮੈਂਟ ਉਹ ਕ੍ਰੈਡਿਟ ਕਾਰਡ ਦੀ ਵੀ ਹੋ ਸਕਦੀ ਹੈ ਡੈਬਿਟ ਕਾਰਡ ਦੀ ਵੀ ਉਹਦੀ ਸਟੇਟਮੈਂਟ ਜਿਹੜੀ ਹੈਗੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਡਿਜੀਟਲ ਲੈ ਜਾਓ ਜਾਂ ਬੈਂਕ ਸਟੇਟਮੈਂਟ ਦੇ ਤੁਸੀਂ ਪ੍ਰਿੰਟ ਆਊਟ ਕਢਾ ਕੇ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਲੈ ਜਾਓ ਮੇਕ ਸ਼ੋਰ ਕਰਿਓ ਗਾਈਜ਼ ਕਿ ਜਿਹੜੇ ਡਾਕੂਮੈਂਟਸ ਤੁਸੀਂ ਆਪਣੇ ਲੈ ਕੇ ਜਾ ਰਹੇ ਹੋ ਇਹ ਸਾਰੇ ਦੇ ਸਾਰੇ ਓਰਿਜਨਲ ਹੋਣੇ ਚਾਹੀਦੇ ਨੇ ਠੀਕ ਹੈ ਜਿਹੜੇ ਵੀ ਤੁਸੀਂ ਨਾਲ ਲੈ ਕੇ ਜਾ ਰਹੇ ਹੋ ਕੋਈ ਫੋਟੋ ਕਾਪੀ ਨਾ ਲੈ ਕੇ ਜਾਓ ਨਾਲ ਠੀਕ ਹੈ ਅਤੇ ਐਟ ਦੀ ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈਗੀ ਆ ਜਿਹਦੇ ਤੁਹਾਡਾ ਡਿਸਾਈਡ ਕਰਨਾ ਕਿ ਮਿਲਣਾ ਕਿ ਨਹੀਂ ਉਹ ਹੈਗਾ ਲੈਟਰ ਆਫ ਇੰਪਲੋਇਮੈਂਟ ਅਤੇ ਲੈਟਰ ਆਫ ਇੰਪਲੋਇਮੈਂਟ ਦੇ ਵਿੱਚ ਜਿਹਨੂੰ ਆਪਾਂ ਰੈਫਰੈਂਸ ਲੈਟਰ ਵੀ ਕਹਿੰਦੇ ਹਾਂ ਉਹਦੇ ਵਿੱਚ ਕੀ ਹੁੰਦਾ ਗਾਈਜ਼ ਉਹਦੇ ਵਿੱਚ ਕੁਛ ਕੰਡੀਸ਼ਨਸ ਨੇ ਗੌਰਮੈਂਟ ਦੀਆਂ ਜਿਹੜੀਆਂ ਕਿ ਤੁਹਾਨੂੰ ਫੁਲਫਿਲ ਕਰਨੀਆਂ ਪੈਂਦੀਆਂ ਓਨਟਾਰੀਓ ਦੇ ਵਿੱਚ ਮੈਂ ਸਪੈਸ਼ਲੀ ਓਨਟਾਰੀਓ ਦੀ ਗੱਲ ਕਰ ਰਿਹਾ ਇਹਦੇ ਲਈ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਹੈ ਤੁਹਾਡਾ ਜਿਹੜਾ ਲੈਟਰ ਆਫ ਇੰਪਲੋਇਮੈਂਟ ਉਹ 'ਚ ਤੁਹਾਡਾ ਫੁੱਲ ਨੇਮ ਮੈਂਸ਼ਨ ਹੋਣਾ ਚਾਹੀਦਾ ਠੀਕ ਹੈ ਦੂਜੇ ਨੰਬਰ ਦੇ ਉੱਤੇ ਤੁਹਾਡੀ ਪੋਜੀਸ਼ਨ ਜਿਸ ਟਾਈਟਲ 'ਤੇ ਤੁਸੀਂ ਕੰਮ ਕਰ ਰਹੇ ਹੋ ਉਹ ਪ੍ਰੋਪਰ ਮੈਂਸ਼ਨ ਹੋਣਾ ਚਾਹੀਦਾ ਤੀਜੇ ਨੰਬਰ ਦੇ ਉੱਤੇ ਗਾਈਜ਼ ਤੁਹਾਡਾ ਜਿਹੜਾ ਹੈਗਾ ਆ ਡੇਟ ਆਫ ਇੰਪਲੋਇਮੈਂਟ ਕਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀਗਾ ਉਹ ਤੁਹਾਡਾ ਮੈਂਸ਼ਨ ਹੋਣਾ ਚਾਹੀਦਾ ਚੌਥੇ ਨੰਬਰ ਦੇ ਉੱਤੇ ਤੁਹਾਡੇ ਇੰਪਲੋਇਰ ਨੂੰ ਇਹ ਲਿਖ ਕੇ ਦੇਣਾ ਪਏਗਾ ਕਿ ਤੁਹਾਨੂੰ ਆਉਣ ਵਾਲੇ 6 ਮਹੀਨਿਆਂ ਤੱਕ ਉਹ ਇੰਪਲੋਇਮੈਂਟ ਪ੍ਰੋਵਾਈਡ ਕਰੇਗਾ ਹੀ ਕਰੇਗਾ ਠੀਕ ਹੈ ਇਹ ਚਾਰ ਚੀਜ਼ਾਂ ਨੇ ਗਾਈਜ਼ ਜਿਹੜੀਆਂ ਕਿ ਤੁਹਾਨੂੰ ਆਪਣੇ
ਠੀਕ ਸੀਗਾ, ਸਾਰਾ ਕੁਝ ਠੀਕ ਸੀਗਾ, ਬਟ 6 ਮਹੀਨੇ ਵਾਲਾ ਜਿਹੜਾ ਹਿਸਾਬ ਤਾ ਸੀਗਾ ਉਹ ਨਹੀਂ ਪਾਇਆ ਸੀ। ਦੂਜੇ 'ਚ ਮੈਂ 6 ਮਹੀਨੇ ਪਾ ਲਿਆ, ਉਹਨੇ ਡੇਟ ਨਹੀਂ ਪਾਈ ਕਦੋਂ ਮੈਂ ਸ਼ੁਰੂ ਕੀਤਾ। ਅਤੇ 3ਜੀ ਵਾਰ 'ਚ ਜਾ ਕੇ ਸਾਰਾ ਕੁਝ ਪ੍ਰੋਪਰ ਸਹੀ ਹੋਇਆ ਅਤੇ 3ਜੀ ਵਾਰੀ ਜਾ ਕੇ ਮੇਰਾ ਹੈਲਥ ਕਾਰਡ ਬਣਿਆ ਸੀਗਾ। ਠੀਕ ਹੈ, ਅਤੇ ਆਹ ਚੀਜ਼ਾਂ ਦਾ ਥੋੜ੍ਹਾ ਜਿਹਾ ਆਪਣਾ ਪਲੀਜ਼ ਧਿਆਨ ਰੱਖਿਓ। ਠੀਕ ਹੈ, ਅਤੇ ਬਾਕੀ ਮੈਂ ਇੱਕ ਰੈਫਰੈਂਸ ਲੈਟਰ ਜਿਹੜਾ ਹੈਗਾ ਨਾ ਉਹਦਾ ਫਾਰਮੈਟ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਲਿੰਕ 'ਚ ਪਾ ਦੂੰਗਾ, ਤਾਂ ਕਿ ਤੁਹਾਨੂੰ ਈਜ਼ੀ ਹੋ ਜਾਏਗਾ, ਤੁਸੀਂ ਉਹਨੂੰ ਦੇਖ ਕੇ ਬਣਵਾ ਸਕਦੇ ਹੋ ਆਪਣੇ ਇੰਪਲੋਇਰ ਤੋਂ। ਠੀਕ ਹੈ, ਚਲੋ ਜੀ ਗਾਈਸ, ਆਪਾਂ ਹੁਣ ਨੈਕਸਟ ਸਟੈਪ ਵੱਲ ਵੱਧਦੇ ਹਾਂ। ਅਤੇ ਅਗਲਾ ਸਟੈਪ ਹੈਗਾ ਗਾਈਸ ਕਿ ਆਹ ਜਿਹੜਾ ਹੈਲਥ ਕਾਰਡ ਹੈ, ਕੀ ਆਪਾਂ ਨੂੰ ਇਹਦੀ ਫੀਸ ਪੇ ਕਰਨੀ ਪੈਂਦੀ ਹੈ? ਤਾਂ ਆਂਸਰ ਹੈਗਾ ਨੋ, ਤੁਹਾਨੂੰ ਕੋਈ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਗਾਈਸ। ਨਾ ਤਾਂ ਕੋਈ ਅਪਲਾਈ ਕਰਨ ਵੇਲੇ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੈ, ਨਾ ਹੀ ਕੋਈ ਮੰਥਲੀ ਜਿਹੜੀ ਹੈਗੀ ਚਾਰਜਿਸ ਨੇ ਇਹਦੇ, ਇਹ ਫ੍ਰੀ ਆਫ ਕੋਸਟ ਬਣਦਾ ਹੈ। ਠੀਕ ਹੈ, ਓਨਟਾਰੀਓ ਵੱਲੋਂ ਹਰ ਇੱਕ ਪ੍ਰੋਵਿੰਸ ਦਾ ਆਪਣਾ ਹੈਲਥ ਕਾਰਡ ਹੁੰਦਾ। ਸੋ ਮੈਂ ਓਨਟਾਰੀਓ ਦੀ ਹੀ ਸਪੈਸ਼ਲੀ ਗੱਲ ਕਰ ਰਿਹਾ, ਬਾਕੀਆਂ ਦਾ ਮੈਨੂੰ ਨਹੀਂ ਪਤਾ ਹੈਗਾ। ਜੇਕਰ ਕਿਸੇ ਨੂੰ ਹੈਲਪ ਦੀ ਲੋੜ ਵੀ ਹੋਈ ਉਹਦੇ ਬਾਰੇ, ਮੈਂ ਕੋਈ ਨਾ ਕੋਈ ਆਪਣੇ ਫਰੈਂਡ ਤੋਂ ਪੁੱਛ ਕੇ ਤੁਹਾਨੂੰ ਦੱਸ ਸਕਦਾ। ਠੀਕ ਹੈ, ਕੋਈ ਵਰੀ ਨਾ ਕਰੋ ਉਹਦੇ ਬਾਰੇ। ਅਤੇ ਬਾਕੀ ਗਾਈਸ, ਜੇ ਆਪਾਂ ਅਗਲੀ ਗੱਲ ਕਰੀਏ ਤਾਂ ਅਗਲਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਅਪਲਾਈ ਕਿੱਥੇ ਕਰਨਾ। ਕੁਐਸਚਨ ਕੁਐਸਚਨ ਹੈ ਨਾ? ਹਾਂਜੀ, ਅਤੇ ਇਹ ਆਪਾਂ ਅਪਲਾਈ ਕਰਦੇ ਹਾਂ ਗਾਈਸ ਸਰਵਿਸ ਓਨਟਾਰੀਓ ਦੇ ਵਿੱਚ। ਠੀਕ ਹੈ, ਜਿੱਥੇ ਕਿ ਤੁਹਾਨੂੰ ਅਪੁਆਇੰਟਮੈਂਟ ਲੈਣੀ ਪੈਂਦੀ ਹੈ। ਇਹਦੇ ਵਿੱਚ ਵੀ ਇੱਕ ਛੋਟਾ ਜਿਹਾ ਨੋਟ ਤੁਹਾਨੂੰ ਮੈਂ ਦੇਣਾ ਚਾਹਾਂਗਾ ਕਿ ਹਰ ਇੱਕ ਸਰਵਿਸ ਓਨਟਾਰੀਓ ਟੈਂਪਰੇਰੀ ਰੈਜੀਡੈਂਟ ਹੋਲਡਰ ਨੂੰ ਹੈਲਥ ਕਾਰਡ ਇਸ਼ੂ ਨਹੀਂ ਕਰਦੇ। ਆਹ ਚੀਜ਼ਾਂ ਤੁਸੀਂ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਮੇਕ ਸ਼ੋਰ ਧਿਆਨ ਰੱਖਿਓ। ਠੀਕ ਹੈ, ਅਤੇ ਮੈਂ ਤੁਹਾਨੂੰ ਲਿੰਕ ਮੈਂਸ਼ਨ ਕਰ ਦੂੰਗਾ ਥੱਲੇ ਕਿ ਕਿੱਥੇ ਜਾ ਕੇ ਤੁਸੀਂ ਅਪੁਆਇੰਟਮੈਂਟ ਲੈ ਸਕਦੇ, ਤਾਂ ਉੱਥੇ ਉਹਦੀ ਸਰਵਿਸਿਸ 'ਤੇ ਜਾ ਕੇ ਦੇਖ ਲਿਓ ਕਿ ਕੀ ਉਹ ਟੈਂਪਰੇਰੀ ਰੈਜੀਡੈਂਟ ਨੂੰ ਜਿਹੜਾ ਹੋਲਡਰ ਨੂੰ ਪ੍ਰੋਵਾਈਡ ਕਰਦੇ ਹੈਲਥ ਕਾਰਡ ਜਾਂ ਨਹੀਂ। ਮੋਸਟ ਆਫਲੀ ਕਾਫੀ ਜਿਹੜੇ ਘੱਟ ਕਰਦੇ ਨੇ, ਅਤੇ ਮੈਂ ਤੁਹਾਨੂੰ ਬ੍ਰੈਂਪਟਨ ਦੇ ਲਈ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦੱਸ ਦਿੰਦਾ ਐਡਰੈਸ ਨੂੰ, ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਅਪੁਆਇੰਟਮੈਂਟ ਲੈ ਕੇ। ਤਾਂ ਇਹ ਜਿਹੜੇ ਹੈਗੇ ਆ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੇ ਹੈਗੇ ਆ ਇਹ ਹੈਲਥ ਕਾਰਡ ਦੇ ਦਿੰਦੇ ਨੇ, ਸਟੂਡੈਂਟਸ ਨੂੰ ਨਹੀਂ, ਵਰਕ ਪਰਮਿਟ ਹੋਲਡਰਸ ਨੂੰ, ਸੋਰੀ। ਠੀਕ ਹੈ, ਅਤੇ ਅਪਲਾਈ ਜਿਹੜਾ ਹੈਗਾ ਸਭ ਤੋਂ ਪਹਿਲਾਂ ਅਪੁਆਇੰਟਮੈਂਟ ਲੈਣੀ ਪੈਣੀ ਹੈ ਗਾਈਸ ਸਾਨੂੰ। ਅਤੇ ਅਪੁਆਇੰਟਮੈਂਟ ਲੈ ਕੇ ਤੁਸੀਂ ਆਪਦੇ ਜਿਹੜੇ ਡਾਕੂਮੈਂਟਸ ਹੈਗੇ ਨੇ ਉਹ ਆਪਣਾ ਨਾਲ ਲੈ ਜਿਓ। ਤਾਂ ਇੱਕ ਫੋਰਮ ਜਿਹੜਾ ਹੁੰਦਾ ਤੁਹਾਨੂੰ ਉੱਥੇ ਫਿਲ ਕਰਨਾ ਪੈਂਦਾ, ਅਤੇ ਉਹ ਫੋਰਮ ਜਿਹੜਾ ਹੈਗਾ ਗਾਈਸ ਜਾਂ ਤਾਂ ਤੁਸੀਂ ਘਰੋਂ ਵੀ ਭਰ ਸਕਦੇ ਹੋ। ਜੇ ਤੁਸੀਂ ਘਰ ਨਹੀਂ ਭਰਦੇ ਹੈਗੇ ਤਾਂ ਤੁਹਾਨੂੰ ਉੱਥੇ ਜਿਹੜਾ ਹੈਗਾ ਔਨ ਦਾ ਸਪੋਟ ਜਿਹੜਾ ਹੈਗਾ ਉਹ ਪ੍ਰੋਵਾਈਡ ਵੀ ਕਰ ਦਿੰਦੇ ਨੇ ਭਰਨ ਦੇ ਲਈ। ਅਤੇ ਤੁਹਾਡੀ ਹੈਲਪ ਦੇ ਲਈ ਜੇ ਤੁਹਾਨੂੰ ਚਾਹੀਦਾ ਕਿ ਮੈਂ ਉਹ ਫੋਰਮ ਦੀ ਵੀਡੀਓ ਪਾਵਾਂ, ਤਾਂ ਮੈਂ ਉਹ ਸੈਪਰੇਟ ਵੀਡੀਓ ਪਾ ਦੂੰਗਾ ਫੋਰਮ ਕਿੱਥੋਂ ਡਾਊਨਲੋਡ ਹੋਏਗਾ ਅਤੇ ਕਿੱਦਾਂ ਤੁਸੀਂ ਉਹਨੂੰ ਫਿਲ ਕਰਨਾ, ਸਾਰਾ ਕੁਝ ਮੈਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਦੱਸ ਦੂੰਗਾ। ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਨੂੰ ਕਰ ਦਿਓ। ਠੀਕ ਹੈ, ਅਤੇ ਉਹ ਤੋਂ ਇਲਾਵਾ ਗਾਈਸ ਮੇਰੇ ਹਿਸਾਬ ਨਾਲ ਆਪਾਂ ਸਾਰਾ ਕੁਝ ਕਵਰ ਕਰ ਲਿਆ ਆ। ਠੀਕ ਹੈ, ਅਤੇ ਬਸ 2-3 ਚੀਜ਼ਾਂ ਜਿਹੜੀਆਂ ਸੀਗੀਆਂ ਕਿ ਆਪਣਾ ਹੈਲਥ ਕਾਰਡ ਜਿਹੜੇ ਡਾਕੂਮੈਂਟਸ ਆ ਓਰਿਜਨਲ ਹੋਣਗੇ, ਦੇਖ ਲਓ ਕਿ ਸਰਵਿਸ ਪ੍ਰੋਵਾਈਡ ਕਰਦੇ ਸਰਵਿਸ ਓਨਟਾਰੀਓ ਵਾਲੀ ਜਾਂ ਨਹੀਂ ਕਰਦੇ, ਅਪੁਆਇੰਟਮੈਂਟ ਲੈ ਕੇ ਜਾਇਓ ਗਾਈਸ। ਠੀਕ ਹੈ, ਅਤੇ ਕਾਫੀ ਟਾਈਮ ਤੁਹਾਡਾ ਸੇਵ ਹੋ ਜਾਏਗਾ ਇਹਦੇ ਲਈ। ਅਤੇ ਬਾਕੀ ਉਮੀਦ ਕਰਦਾ ਕਿ ਤੁਹਾਨੂੰ ਵੀਡੀਓਜ਼ ਜਿਹੜੀਆਂ ਹੈਗੀਆਂ ਪਸੰਦ ਆ ਰਹੀਆਂ ਹੋਣਗੀਆਂ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਟੋਪਿਕ ਜਿਹੜਾ ਚਾਹੀਦਾ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੈਂ ਵੀਡੀਓ ਬਣਾਵਾਂ, ਤੁਸੀਂ ਪਲੀਜ਼ ਕਮੈਂਟ ਡਾਊਨ ਕਰੋ। ਡੈਫੀਨੇਟਲੀ ਆਪਾਂ ਉਸ ਚੀਜ਼ ਉੱਤੇ ਵੀਡੀਓ ਬਣਾਵਾਂਗੇ ਤਾਂ ਜੋ ਤੁਹਾਡੀ ਹੈਲਪ ਹੋ ਸਕੇ। ਠੀਕ ਹੈ, ਅਤੇ ਇੱਕ ਛੋਟੀ ਜਿਹੀ ਰਿਕੁਐਸਟ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ। ਲਾਈਕ ਕਰਨ ਵੇਲੇ ਕਿੱਦਾਂ ਹੱਥ ਦੁੱਖਦੇ ਆ, ਪੈਸੇ ਲੱਗਦੇ ਨਹੀਂ ਲੱਗਦੇ ਨਾ, ਤਾਂ ਲਾਈਕ ਕਰ ਦਿਆ ਕਰੋ ਯਾਰ, ਸਬਸਕ੍ਰਾਈਬ ਵੀ ਕਰੋ ਚੈਨਲ ਨੂੰ, ਬਾਕੀ ਨਾਲ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ। ਠੀਕ ਹੈ, ਅਤੇ ਬਾਕੀ ਆਪਣੇ ਭਰਾ ਨੂੰ ਇੱਦਾਂ ਹੀ ਸਪੋਰਟ ਕਰਦੇ ਰਹੋ ਗਾਈਸ, ਅਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ, ਅਤੇ ਉਹਨੇ ਚਿਰ ਲਈ ਟਾਟਾ ਬਾਏ।